थाना डाबे दे एरिए दे विच 8-9 दरमियानी रात नूं एक लड़के दे सट्टा मार के जिहड़ा उहदा मर्डर करता सी, एक ब्लाइंड मर्डर सी। उहदे विच सुहेल मीर जी ADCP साहब की टीम ने, ACP इंडस्ट्री भी संदीप वडेरा जी, SHO डाबा, इन्हां ने बड़ा अच्छे जिहड़ा मेहनत करके ते इस नूं जिहड़ा एक ब्लाइंड मर्डर नूं ट्रेस कर लिया। ये लड़के की जिहड़ी कज़न सिस्टर सी उन्हूं जिहड़ा ये लड़के का मृतक है जिहड़ा मर्डर होया उहदे मुताबिक सी वी उह गलत हरकतां करदा सी। यही इन्हां दी वजह रंजिश कारण जिहड़ा इन्हां ने इस बंदे ने नाल 3 बंदे नूं इकट्ठे करके इहदे सट्टा मार के जिहड़ा दा मर्डर कीता। उस महिला ने कोई बाई नेम या उह बंदिआं नूं नहीं सी जाणदी, पर उहने इह दस्सिआ सी वी इत्थे जिहड़े तकरीबन 4 बंदिआं दी जिहड़ी फिगर कीती सी वी 4 बंदे आ जिहड़ां ने इहदे सट्टां मारियां, तो उत्थे आले दुआले जिहड़ा CCTV फुटेज नहीं सी। बट उहदी उस गल नूं करदे हुए साडी जिहड़ी पार्टी टीम है उहनें उस लीड दे उत्ते वर्कआउट कीता। वर्कआउट करन तों बाद फिर जिहड़ा ਇਹ ਬੰਦਿਆਂ ਦੀ ਸ਼ਨਾਖਤ ਕੀਤੀ, ਫਿਰ ਇਹਨਾਂ ਨੂੰ ਗ੍ਰਿਫਤਾਰ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਗੱਲ ਕੀਤੀ ਹੋਊਗੀ ਲੁਧਿਆਣਾ ਸ਼ਹਿਰ ਦੇ ਵਿੱਚ ਜਨਮ ਅਸ਼ਟਮੀ ਦੀ 8 ਤਾਰੀਖ ਦੀ। ਜਨਮ ਅਸ਼ਟਮੀ ਦੀ 8 ਤਾਰੀਖ ਦੇ ਵਿੱਚ ਆਜ਼ਾਦ ਨਗਰ ਦੇ ਵਿੱਚ ਇੱਕ ਬਲਾਈਂਡ ਮਰਡਰ ਜਿਹੜਾ ਹੁੰਦਾ ਉਹ ਮਰਡਰ ਜਿਹੜਾ ਬਖੂਬੀ ਜਿਹੜੀ ਹੈ ਡਾਬਾ ਪੁਲਿਸ ਨੇ ਜਿਹੜਾ ਸੋਲਵ ਆਊਟ ਕਰ ਲਿਆ। ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪੁਲਿਸ ਜਿਹੜੀ ਹੈ ਲਗਾਤਾਰ ਦੋਸ਼ੀ ਆ, ਸੋਚਦੇ ਹੋਣਗੇ ਕਿ ਅਸੀਂ ਇਹ ਕੰਮ ਕਰਤਾ ਤੇ ਅਸੀਂ ਪੁਲਿਸ ਦੀ ਨਿਗਰਾਨੀ ਤੋਂ ਦੂਰ ਹੋ ਗਏ ਤੇ ਪੁਲਿਸ ਸਾਨੂੰ ਪਕੜ ਨਹੀਂ ਸਕਦੀ। ਲੇਕਿਨ ਤੁਹਾਨੂੰ ਦੱਸ ਦਈਏ ਕਿ ਇੱਥੇ ਬਖੂਬੀ ਜਸਕੀਰ ਸਿੰਘ ਤੇਜਾ ਜੀ ਜਿਹੜੇ ਜੁਆਇੰਟ CP ਹੈਗੇ ਉਹਨਾਂ ਦੀ ਤਾਰੀਫ ਕਰਨੀ ਪੈਗੀ, ਉਹਨਾਂ ਦੀ ਪੂਰੀ ਟੀਮ ਦੀ ਤਾਰੀਫ ਕਰਨੀ ਪੈਗੀ ਕਿ ਇਹ ਜੋ ਬਲਾਈਂਡ ਮਰਡਰ ਹੋਇਆ ਸੀ ਉਹਨੂੰ ਅੱਜ ਬਖੂਬੀ ਸੋਲਵ ਕਰਤਾ। ਤੇ ਸੁਣੋ ਤੁਸੀਂ ਤੇਜਾ ਜੀ, ਜਸਕੀਰ ਤੇਜਾ ਜੀ ਜੁਆਇੰਟ CP ਕੀ ਆਖ ਰਹੇ ਨੇ? ਇਹ ਥਾਣਾ ਡਾਬੇ ਦੇ ਏਰੀਏ ਦੇ ਵਿੱਚ 8-9 ਦਰਮਿਆਨੀ ਰਾਤ ਨੂੰ ਇੱਕ ਲੜਕੇ ਦੇ ਸੱਟਾਂ ਮਾਰ ਕੇ ਜਿਹੜਾ ਉਹਦਾ ਮਰਡਰ ਕਰਤਾ ਸੀ, ਇਹ ਇੱਕ ਬਲਾਈਂਡ ਮਰਡਰ ਸੀ। ਉਹਦੇ ਵਿੱਚ ਸੁਹੇਲ ਮੀਰ ਜੀ ADCP ਸਾਹਿਬ ਦੀ ਟੀਮ ਨੇ, ACP ਇੰਡਸਟਰੀ ਵੀ ਸੰਦੀਪ ਵਡੇਰਾ ਜੀ, SHO ਡਾਬਾ, ਇਹਨਾਂ ਨੇ ਬੜਾ ਅੱਛੇ ਜਿਹੜਾ ਮਿਹਨਤ ਕਰਕੇ ਅਤੇ ਇਸ ਨੂੰ ਜਿਹੜਾ ਇੱਕ ਬਲਾਈਂਡ ਮਰਡਰ ਨੂੰ ਟਰੇਸ ਕਰ ਲਿਆ। ਟਰੇਸ ਕਰਨ ਤੋਂ ਬਾਅਦ ਜਿਹੜੇ ਉਹਦੇ ਵਿੱਚ 4 ਦੋਸ਼ੀ ਸੀ ਟੋਟਲ, ਉਹਨਾਂ 'ਚੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਵਾਰਦਾਤ 'ਚ ਜਿਹੜਾ ਵਰਤਿਆ ਹੋਇਆ ਜਿਹੜਾ ਕੜਾ ਅਤੇ ਹੋਰ ਜਿਹੜੀਆਂ ਚੀਜ਼ਾਂ ਸੀ ਉਹ ਬਰਾਮਦ ਕਰ ਲਈਆਂ, ਅਤੇ ਇੱਕ ਦੋਸ਼ੀ ਦੀ ਜਿਹੜੀ ਗ੍ਰਿਫਤਾਰੀ ਬਾਕੀ ਹੈ। ਕਾਰਨ ਕੀ ਰਿਹਾ? ਕਾਰਨ ਇਹਨਾਂ ਦਾ ਜਿਹੜਾ, ਇਹਨਾਂ ਦੇ ਵਿੱਚ ਇੱਕ ਲੜਕਾ ਹੈਗਾ ਸੂਰਜ ਠਾਕੁਰ ਸੋਨੂ, ਇਹ ਲੜਕੇ ਦੀ ਜਿਹੜੀ ਕਜ਼ਨ ਸਿਸਟਰ ਸੀ ਉਹਨੂੰ ਜਿਹੜਾ ਇਹ ਲੜਕੇ ਦਾ ਮ੍ਰਿਤਕ ਹੈ ਜਿਹਦਾ ਮਰਡਰ ਹੋਇਆ ਉਹਦੇ ਮੁਤਾਬਿਕ ਸੀ ਵੀ ਉਹ ਗਲਤ ਹਰਕਤਾਂ ਕਰਦਾ ਸੀ। ਇਹੀ ਇਹਨਾਂ ਦੀ ਵਜ੍ਹਾ ਰੰਜਿਸ਼ ਕਾਰਨ ਜਿਹੜਾ ਇਹਨਾਂ ਨੇ ਇਸ ਬੰਦੇ ਨੇ ਨਾਲ 3 ਬੰਦਿਆਂ ਨੂੰ ਇਕੱਠੇ ਕਰਕੇ ਇਹਦੇ ਸੱਟਾਂ ਮਾਰ ਕੇ ਜਿਹੜਾ ਦਾ ਮਰਡਰ ਕੀਤਾ। ਜਨਮਅਸ਼ਟਮੀ ਵਾਲੇ ਦਿਨ ਹੀ ਸਾਰੀ ਇੰਸੀਡੈਂਟ ਨੂੰ ਅੰਜਾਮ ਦਿੱਤਾ ਗਿਆ ਸੀ, ਕਿਉਂਕਿ ਜਨਮਅਸ਼ਟਮੀ ਸੀਗੀ ਉਸ ਦਿਨ ਹੀ ਕਿਹਾ ਜਾ ਰਿਹਾ ਸੀ ਕਿ ਲੜਕੀ ਨੂੰ ਛੇੜਿਆ ਗਿਆ ਹੈ। ਇਹ ਇਸੇ ਦਿਨਾਂ ਦਾ ਜਿਹੜਾ ਇਹ ਕੰਮ ਮਤਲਬ ਚੱਲ ਰਿਹਾ ਸੀ, ਜਿਹੜਾ ਇਹਨਾਂ ਦੇ ਮਨ ਦੇ ਵਿੱਚ ਜਿਹੜੀ ਇਸੇ ਗੱਲ ਦੀ ਉਹ ਸੀ ਖੁੰਦਕ, ਜਿਹੜੀ ਵਜ੍ਹਾ ਰੰਜਿਸ਼ ਵੀ ਮੇਰੀ ਜਿਹੜੀ ਕਜ਼ਨ ਸਿਸਟਰ ਦੇ ਨਾਲ ਮਾੜਾ ਜਿਹੜਾ ਇਹਨੇ ਸਲੂਕ ਕੀਤਾ ਉਹਦੀ ਵਜ੍ਹਾ ਦੇ ਵਿੱਚ ਹੀ ਇਹਨੇ ਆ ਸਾਰਿਆਂ ਨੂੰ ਮੁੰਡਿਆਂ ਨੂੰ ਇਕੱਠੇ ਕਰਕੇ ਅਤੇ ਸੱਟਾਂ ਮਾਰ ਕੇ ਜਿਹੜਾ ਮਰਡਰ ਕੀਤਾ। ਇਹ ਲੁਧਿਆਣੇ ਦੇ ਹੀ ਰਹਿਣ ਵਾਲੇ ਮੁੰਡੇ, ਇਹਨਾਂ ਦੇ ਵਿੱਚੋਂ ਇੱਕ ਜਿਹੜਾ ਲੜਕਾ ਦੀਪਕ ਕੁਮਾਰ ਉਰਫ ਤੋਤੀ ਹੈ ਇਹਦੇ ਖਿਲਾਫ਼ ਜਿਹੜਾ 3 ਮੁਕੱਦਮੇ ਦਰਜ ਹੈ, ਬਾਕੀਆਂ ਦਾ ਅਸੀਂ ਜਿਹੜਾ ਪ੍ਰੀਵੀਅਸ ਰਿਕਾਰਡ ਚੈੱਕ ਕਰ ਰਹੇ ਹਾਂ। ਉਸ ਮਹਿਲਾ ਨੇ ਕੋਈ ਬਾਈ ਨੇਮ ਜਾਂ ਉਹ ਬੰਦਿਆਂ ਨੂੰ ਨਹੀਂ ਸੀ ਜਾਣਦੀ, ਪਰ ਉਹਨੇ ਇਹ ਦੱਸਿਆ ਸੀ ਵੀ ਇੱਥੇ ਜਿਹੜੇ ਤਕਰੀਬਨ 4 ਬੰਦਿਆਂ ਦੀ ਜਿਹੜੀ ਫਿਗਰ ਕੀਤੀ ਸੀ ਵੀ 4 ਬੰਦੇ ਆ ਜਿਹਨਾਂ ਨੇ ਇਹਦੇ ਸੱਟਾਂ ਮਾਰੀਆਂ, ਤਾਂ ਉੱਥੇ ਆਲੇ ਦੁਆਲੇ ਜਿਹੜਾ CCTV ਫੁਟੇਜ ਨਹੀਂ ਸੀ। ਬਟ ਉਹਦੀ ਉਸ ਗੱਲ ਨੂੰ ਕਰਦੇ ਹੋਏ ਸਾਡੀ ਜਿਹੜੀ ਪਾਰਟੀ ਟੀਮ ਹੈ ਉਹਨੇ ਉਸ ਲੀਡ ਦੇ ਉੱਤੇ ਵਰਕਆਊਟ ਕੀਤਾ। ਵਰਕਆਊਟ ਕਰਨ ਤੋਂ ਬਾਅਦ ਫਿਰ ਜਿਹੜਾ ਇਹ ਬੰਦਿਆਂ ਦੀ ਸ਼ਨਾਖਤ ਕੀਤੀ, ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ। ਆਜ਼ਾਦ ਨਗਰ ਦੇ ਵਿੱਚ ਇਨਸੀਡੈਂਟ ਕਿਉਂ ਕੀਤਾ ਗਿਆ? ਆਜ਼ਾਦ ਨਗਰ ਜਿੱਥੇ ਹੋਇਆ ਸੀਗਾ ਮੌਕੇ ਤੇ, ਆਜ਼ਾਦ ਨਗਰ ਹੀ ਜਿੱਥੇ ਸਾਰੇ, ਆਜ਼ਾਦ ਨਗਰ ਤੇ ਉੱਥੇ ਕੀ ਪਹਿਲੇ ਖੜੇ ਸੀਗੇ ਲੜਕੇ? ਆਜ਼ਾਦ ਨਗਰ ਹੀ ਜਿਹੜੇ ਕੀ ਪੂਰੀ ਪਲੈਨਿੰਗ ਦੇ ਨਾਲ ਪਹਿਲੇ ਹੀ 4 ਮੁੰਡੇ ਉੱਥੇ ਪਹੁੰਚੇ? ਨਹੀਂ, ਜਦੋਂ ਆਪਾਂ ਇਸ ਗੱਲ ਦਾ ਜਿਹੜਾ ਮੋਟਿਵ ਹੈ ਉਹ ਕਲੀਅਰ ਹੈ ਵੀ ਇਹਨਾਂ ਦੀ ਵਜ੍ਹਾ ਰੰਜਿਸ਼ ਕੀ ਸੀ, ਜਦੋਂ ਵਜ੍ਹਾ ਰੰਜਿਸ਼ ਸੀ ਪ੍ਰੋਪਰ ਪਲੈਨਿੰਗ ਕਰਕੇ ਹੀ 4 ਇਕੱਠੇ ਹੋਏ, ਉਹਨੂੰ ਇਸ ਸਬਕ ਸਿਖਾਉਣ ਲਈ ਇਹਨਾਂ ਨੇ ਕੀਤਾ, ਤਾਂ ਉਹਦੇ ਵਿੱਚ ਜਿਹੜੀਆਂ ਉਹਦੀਆਂ ਸੱਟਾਂ ਲੱਗੀਆਂ ਅਤੇ ਉਹਦਾ ਜਿਹੜਾ ਮੌਤ ਹੋਈ। ਇਸਤੇਮਾਲ ਕੀ ਕੀ ਕੀਤਾ ਗਿਆ? ਇਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਸਿਰ ਦੇ ਵਿੱਚ ਕੜੇ ਅਤੇ ਹੋਰ ਜਿਹੜੇ ਉਹ ਮਾਰੇ। ਡੈੱਡ ਬੋਡੀ ਫਿਰ ਕਿੱਦਾਂ ਟ੍ਰੇਸ ਹੋਈ? ਡੈੱਡ ਬੋਡੀ ਇਤਲਾਹ ਮਿਲਣ 'ਤੇ ਪਤਾ ਲੱਗਿਆ ਵੀ ਇੱਕ ਬੰਦੇ ਦਾ ਜਿਹੜਾ ਕੁਛ ਬੰਦਿਆਂ ਨੇ ਜਿਹੜਾ ਸੱਟਾਂ ਮਾਰ ਕੇ ਮਰਡਰ ਕਰਤਾ। ਮੌਕੇ 'ਤੇ ਜਿਹੜਾ ਪੁਲਿਸ ਨੇ ਜਾ ਕੇ ਉਸ ਬੰਦੇ ਦੀ ਸ਼ਨਾਖਤ ਕਰਾਈ, ਕਰਾਉਣ ਤੋਂ ਬਾਅਦ ਮਿਹਨਤ ਕੀਤੀ, ਮਿਹਨਤ ਕਰਨ ਤੋਂ ਬਾਅਦ ਉਹਦੀ ਟੈਕਨੀਕਲ ਜਿਹੜੀ ਐਵੀਡੈਂਸ ਸੀ ਹੋਰ ਕਲੈਕਟ ਕਰਕੇ ਜਿਹੜਾ ਬਲਾਈਂਡ ਕੇਸ ਨੂੰ ਟਰੇਸ ਕਰਕੇ ਜਿਹੜਾ ਉਹ ਬੰਦਿਆਂ ਨੂੰ ਗ੍ਰਿਫਤਾਰੀ ਪਾਈ। ਲੁਧਿਆਣੇ 'ਚ ਰਹਿ ਰਹੀ ਸੀ? ਮਤਲਬ ਲੁਧਿਆਣੇ ਦੇ ਵਿੱਚ ਹੀ ਸੀ ਅਤੇ ਲੁਧਿਆਣੇ ਤੋਂ ਹੀ ਗ੍ਰਿਫਤਾਰੀ ਹੋਈ।
ਤੁਸੀਂ ਸੁਣਿਆ ਕਿ ਜੋ ਜੁਆਇੰਟ ਸੀਪੀ ਜਸਕੀਰ ਸਿੰਘ ਤੇਜਾ ਜੀ ਹੈਗੇ ਨੇ ਉਹਨਾਂ ਨੇ ਦੱਸਿਆ ਕਿ ਇਹ ਲੜਕੀ ਦੀ ਛੇੜਖਾਨੀ ਦਾ ਮਾਮਲਾ ਬਣਾ ਕੇ ਉਸ ਲੜਕੇ ਦੇ ਨਾਲ ਕੁੱਟਮਾਰ ਕੀਤੀ ਅਤੇ ਇਹਦੇ ਸਿਰ ਦੇ ਉੱਤੇ ਕੜੇ ਜੜੇ ਮਾਰੇ, ਜਿਸ ਤੋਂ ਬਾਅਦ ਇਸਦਾ ਜਿਹੜਾ ਮਰਡਰ ਹੋ ਜਾਂਦਾ ਅਤੇ ਪੁਲਿਸ ਨੇ ਬਖੂਬੀ ਇਸ ਕੇਸ ਨੂੰ ਬੜੀ ਪੂਰੀ ਟੀਮ ਨੇ ਜਸਕੀਰ ਤੇਜਾ ਜੀ ਦੇ ਜਿਹਦੇ ਅੰਡਰ ਜਿਹੜੀ ਪੂਰੀ ਟੀਮ ਆ ਉਹਨਾਂ ਨੇ ਬਖੂਬੀ ਇਸ ਕੇਸ ਨੂੰ ਸੁਲਝਾਇਆ ਅਤੇ ਜਿਹੜੇ ਅਕਿਊਜ਼ ਜਿਹੜੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਲੇਕਿਨ ਦੱਸਿਆ ਜਾ ਰਿਹਾ ਕਿ ਹਜੇ ਜਿਹੜਾ ਇੱਕ ਆਰੋਪੀ ਉਹ ਵੀ ਹਜੇ ਗ੍ਰਿਫਤਾਰੀ ਤੋਂ ਦੂਰ ਹੈ ਲੁਧਿਆਣਾ ਤੋਂ। ਕੈਮਰਾਮੈਨ ਮਨੋਜ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।